ਹਰਨਵੀਰ ਸਿੰਘ ਰਾਣਾ ਪੰਜਾਬ ਸਰਕਾਰ ਦੇ ਵੱਲੋਂ ਵਰਲਡ ਬੈਂਕ ਤੋਂ 150 ਮਿਲੀਅਨ ਡਾਲਰ ਕਰਜ਼ਾ ਲਿਆ ਗਿਆ ਏ 1195 ਕਰੋੜ ਯਾਨੀ ਕਿ 1000 ਕਰੋੜ ਤੋਂ ਵੀ ਵਧੇਰੇ ਕਰਜ਼ਾ ਲਿਆ ਗਿਆ ਏ ਵਰਲਡ ਬੈਂਕ ਤੋਂ ਪੰਜਾਬ ਦੀਆਂ ਵਿੱਤੀ ਸਹੂਲਤਾਂ ਨੂੰ ਠੀਕ ਕਰਨ ਦੇ ਲਈ ਵਿੱਤੀ ਜਿਹੜੀ ਪ੍ਰਬੰਧ ਨੇ ਉਸ ਨੂੰ ਠੀਕ ਕਰਨ ਦੇ ਲਈ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਹ ਕਰਜ਼ਾ ਚੁਕਾਇਆ ਗਿਆ ਏ ਤਾਂ ਦੱਸਦੀ ਹੈ ਕਿ ਪੰਜਾਬ ਤੇ ਪਹਿਲਾਂ ਹੀ 3 ਲੱਖ ਕਰੋੜ ਤੋਂ ਵਧੇਰੇ ਦਾ ਕਰਜ਼ਾ ਹੈ ਤੇ ਹੁਣ ਲਗਭਗ 1200 ਕਰੋੜ ਰੁਪਇਆ ਹੋਰ ਕਰਜ਼ਾ ਲੈ ਲਿਆ ਗਿਆ ਹੈ ਤਾਂ ਵਰਲਡ ਬੈਂਕ ਦੇ ਵੱਲੋਂ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਇਸ ਕਰਜ਼ੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਦੱਸਦੀ ਹੈ ਕਿ ਜਿਹੜੇ ਵਰਲਡ ਬੈਂਕ ਦੇ ਇੰਡੀਆ ਦੇ ਡਾਇਰੈਕਟਰ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਟਵੀਟ ਦੇ ਰਾਹੀਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਵਰਲਡ ਬੈਂਕ ਦੇ ਬੋਰਡ ਦੇ ਵੱਲੋਂ ਐਗਜ਼ੀਕਿਊਟਿਵ ਡਾਇਰੈਕਟਰਸ ਦੇ ਬੋਰਡ ਦੇ ਵੱਲੋਂ ਲੋਨ ਜਿਹੜਾ ਹੈ ਕਰਜ਼ਾ ਜਾਨੀ ਕਿ ਅਪਰੂਵ ਕਰ ਦਿੱਤਾ ਗਿਆ ਹੈ ਯੂ ਐਸ ਡੀ 150 ਮਿਲੀਅਨ ਦਾ ਪੰਜਾਬ ਦੇ ਲਈ ਫਾਰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਚੰਗੇ ਜਿਹੜੇ ਨੇ ਵਿੱਤੀ ਪ੍ਰਬੰਧ ਚਲਾਉਣ ਦੇ ਲਈ ਤੇ ਜਿਹੜੀਆਂ ਸਹੂਲਤਾਂ ਨੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਉਹਨਾਂ ਨੂੰ ਸਹੀ ਢੰਗ ਨਾਲ ਇਹ ਕਰਜ਼ਾ ਜਿਹੜਾ ਇਹ ਵਰਲਡ ਬੈਂਕ ਦੇ ਵੱਲੋਂ ਦਿੱਤਾ ਗਿਆ ਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਹੋਰ ਕਰਜ਼ਾ ਚੁੱਕ ਲਿਆ ਗਿਆ ਏ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਭਗਵੰਤ ਮਾਨ ਸਰਕਾਰ ਦੇ ਵੱਲੋਂ ਹੋਰ ਕਰਜ਼ਾ ਚੁੱਕ ਲਿਆ ਗਿਆ ਏ 3 ਲੱਖ ਕਰੋੜ ਦਾ ਤਾਂ ਪੰਜਾਬ ਤੇ ਪਹਿਲਾਂ ਹੀ ਕਰਜ਼ਾ ਏ ਤੇ ਹੁਣ ਲਗਭਗ 1200 ਕਰੋੜ ਰੁਪਏ ਦਾ ਕਰਜ਼ਾ ਹੋਰ ਲੈ ਲਿਆ ਗਿਆ ਏ ਵਰਲਡ ਬੈਂਕ ਦੇ ਵੱਲੋਂ ਇਹ ਕਰਜ਼ਾ ਪ੍ਰਵਾਨ ਕਰ ਦਿੱਤਾ ਗਿਆ ਏ ਤੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਚੰਗੀਆਂ ਸਿਹਤ ਸੇਵਾਵਾਂ ਤੇ ਹੋਰ ਜਿਹੜੇ ਵਿਭਾਗ ਨੇ ਉਹਨਾਂ ਦੇ ਕੰਮਕਾਰ ਨੂੰ ਸਹੀ ਢੰਗ ਨਾਲ ਚਲਾਉਣ ਦੇ ਲਈ ਇਹ ਕਰਜ਼ਾ ਜਿਹੜਾ ਏ ਉਹ ਦਿੱਤਾ ਗਿਆ ਏ ਤਾਂ ਦੱਸ ਦਈਏ ਕਿ ਪੰਜਾਬ ਤੇ ਪਹਿਲਾਂ ਹੀ ਜਿਹੜਾ ਕਰਜ਼ਾ ਏ ਉਹ 3 ਲੱਖ ਕਰੋੜ ਤੋਂ ਜ਼ਿਆਦਾ ਏ ਤੇ ਹੁਣ 1200 ਕਰੋੜ ਰੁਪਏ ਦਾ ਕਰਜ਼ਾ ਹੋਰ ਲਿਆ ਗਿਆ ਏ ਹਾਲਾਂਕਿ ਦੇਖਣਾ ਹੋਏਗਾ ਕਿ ਇਸ ਕਰਜ਼ੇ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾਂਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਔਰਤਾਂ ਨੂੰ ਇੱਕ ਇੱਕ ਹਜ਼ਾਰ ਰੁਪਿਆ ਦੇਣ ਦਾ ਵੀ ਵਾਅਦਾ ਕੀਤਾ ਸੀ ਜਿਹੜਾ ਹਾਲੇ ਪੂਰਾ ਨਹੀਂ ਹੋਇਆ ਏ ਇਸ ਤੋਂ ਬਿਨਾਂ ਜਿਹੜੀ ਬਿਜਲੀ ਮਾਫੀ ਦਿੱਤੀ ਗਈ ਹੈ ਉਸ ਦਾ ਵੀ ਬੋਝ ਜਿਹੜਾ ਇਹ ਪੰਜਾਬ ਦੇ ਖਜ਼ਾਨੇ ਤੇ ਪਿਆ ਏ ਇਸ ਤੋਂ ਬਿਨਾਂ ਔਰਤਾਂ ਨੂੰ ਜਿਹੜਾ ਬਸ ਸਫਰ ਹੈ ਉਹ ਵੀ ਪੰਜਾਬ ਦੇ ਖਜ਼ਾਨੇ ਤੇ ਬੋਝ ਹੈ ਤਾਂ ਹੋਰ ਬਹੁਤ ਸਾਰੀਆਂ ਸਬਸਿਡੀਆਂ ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹੜੀਆਂ ਨੇ ਜਾਰੀ ਨੇ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜੇ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਜਾ ਰਹੇ ਸਨ ਉਹਨਾਂ ਨੂੰ ਪੂਰਾ ਕਰਨ ਦੇ ਲਈ ਵੱਡਾ ਇੱਕ ਚੈਲੰਜ ਵੀ ਹੈ ਵੱਡੀ ਚੁਣੌਤੀ ਵੀ ਹੈ ਤਾਂ ਹੁਣ ਪੰਜਾਬ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਭਗਵੰਤ ਮਾਨ ਸਰਕਾਰ ਨੇ ਵਿਸ਼ਵ ਬੈਂਕ ਜਾਨੀ ਕਿ ਵਰਲਡ ਬੈਂਕ ਤੋਂ 150 ਮਿਲੀਅਨ ਡਾਲਰ ਦਾ ਕਰਜ਼ਾ ਲਿਆ ਏ ਤੇ ਜੇ ਇਸ ਨੂੰ ਭਾਰਤੀ ਰੁਪਏ ਚ ਕਨਵਰਟ ਕਰਕੇ ਦੇਖਿਆ ਜਾਵੇ ਤਾਂ ਇਹ ਕਰੀਬ 1195 ਕਰੋੜ ਰੁਪਏ ਬਣਦਾ ਏ ਆਪਕੇ 1200 ਕਰੋੜ ਦੇ ਕਰੀਬ ਕਰਜ਼ਾ ਜਿਹੜਾ ਇਹ ਲਿਆ ਗਿਆ ਏ ਤੇ ਪੰਜਾਬ ਦੇ ਸਿਰ 1200 ਕਰੋੜ ਦਾ ਕਰਜ਼ਾ ਹੋਰ ਚੜ ਗਿਆ ਏ ਹਾਲਾਂਕਿ ਕਿਹਾ ਜਾ ਰਿਹਾ ਏ ਕਿ ਇਸ ਨੂੰ ਪੰਜਾਬ ਦੇ ਸੁਧਾਰ ਲਈ ਵਰਤਿਆ ਜਾਵੇਗਾ ਚੰਗੀਆਂ ਸੇਵਾਵਾਂ ਜਿਹੜੀਆਂ ਨੇ ਨਾਗਰਿਕਾਂ ਤੱਕ ਪਹੁੰਚਾਈਆਂ ਜਾਣਗੀਆਂ ਵੱਖ-ਵੱਖ ਵਿਭਾਗਾਂ ਨੂੰ ਇਸ ਦੇ ਵਿੱਚੋਂ ਜਿਹੜਾ ਕਰਜ਼ਾ ਹੈ ਉਹ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਚੰਗੀਆਂ ਸਹੂਲਤਾਂ ਪੰਜਾਬ ਦੇ ਨਾਗਰਿਕਾਂ ਨੂੰ ਦਿੱਤੀਆਂ ਜਾ ਸਕਣ ਹਾਲਾਂਕਿ ਦੇਖਣਾ ਹੋਏਗਾ ਕਿ ਇਸ ਕਰਜ਼ੇ ਦੀ ਵਰਤੋਂ ਕਿਸ ਢੰਗ ਦੇ ਨਾਲ ਕੀਤੀ ਜਾਂਦੀ ਹੈ ਪਰ ਇਹਨਾਂ ਜ਼ਰੂਰ ਹੈ ਕਿ ਪੰਜਾਬ ਦੇ ਉੱਤੇ ਹੁਣ 1200 ਕਰੋੜ ਦੇ ਕਰਜ਼ੇ ਦਾ ਹੋਰ ਬੋਝ ਜ਼ਰੂਰ ਪੈ ਗਿਆ ਏ ਦੱਸ ਦਈਏ ਕਿ ਵਰਲਡ ਬੈਂਕ ਦੇ ਵੱਲੋਂ ਇੱਕ ਕਰਜ਼ਾ ਜਿਹੜਾ ਏ ਉਹ ਚੁੱਕ ਕੇ ਆ ਦਿੱਤਾ ਗਿਆ ਏ ਪੰਜਾਬ ਸਰਕਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਕਰਜ਼ਾ ਦਿੱਤਾ ਗਿਆ ਏ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਵਰਲਡ ਬੈਂਕ ਤੋਂ ਇੱਕ ਕਰਜ਼ਾ ਲਿਆ ਗਿਆ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਬਹੁਤ ਸਾਰੀਆਂ ਚੁਣੌਤੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅੱਗੇ 150 ਮਿਲੀਅਨ ਡਾਲਰ ਦਾ ਕਰਜ਼ ਜਿਹੜਾ ਹੈ ਉਹ ਪੰਜਾਬ ਨੇ ਵਰਲਡ ਬੈਂਕ ਤੋਂ ਲਿਆ ਏ ਵਰਲਡ ਬੈਂਕ ਨੇ ਇਸ ਨੂੰ ਅਪਰੂਵ ਕਰ ਦਿੱਤਾ ਏ ਵਿੱਤੀ ਹਾਲਤ ਸੁਧਾਰਨ ਲਈ ਇੱਕ ਕਰਜ਼ਾ ਜਿਹੜਾ ਹੈ ਉਹ ਕਿਹਾ ਜਾ ਰਿਹਾ ਹੈ ਕਿ ਚੁੱਕਿਆ ਗਿਆ ਏ ਤੇ ਕਿੰਨੇ ਕੁ ਹਾਲਤ ਸੁਧਾਰ ਹੋਏਗਾ ਇਹ ਦੇਖਣਾ ਹੋਏਗਾ 1195 ਕਰੋੜ ਅਸਲ ਜਿਹੜੀ ਫਿਗਰ ਹੈ ਉਹ ਬਣਦੀ ਹੈ ਤੇ ਪੰਜਾਬ ਕਿਸ ਤਰ੍ਹਾਂ ਇਸ ਕਰਜ਼ੇ ਦੀ ਵਰਤੋਂ ਕਰਦਾ ਹੈ ਪੰਜਾਬ ਸਰਕਾਰ ਇਸ ਕਰਜ਼ੇ ਦੀ ਕਿਸ ਤਰ੍ਹਾਂ ਵਰਤੋਂ ਕਰਦੀ ਹੈ ਦੇਖਣਾ ਹੋਵੇਗਾ ਪਰ ਵਿਸ਼ਵ ਬੈਂਕ ਦੇ ਵੱਲੋਂ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ 150 ਮਿਲੀਅਨ ਡਾਲਰ ਦਾ ਕਰਜ਼ਾ ਹੋਰ ਲਿਆ ਗਿਆ ਹੈ ਜਾਨੀ ਕਿ 1200 ਕਰੋੜ ਦਾ ਕਰਜ਼ਾ ਹੋਰ ਚੁੱਕਿਆ ਗਿਆ ਹੈ ਜੋ ਪੰਜਾਬ ਤੇ ਕਰਜ਼ੇ ਦੇ ਵਿੱਚ ਹੋਰ ਇਸ ਤੰਗ ਦੇ ਨਾਲ ਵਾਧਾ ਹੋ ਗਿਆ ਹੈ